ਨਮਸਕਾਰ ਦੋਸਤੋ, ਅੱਜ ਅਸੀਂ ਗੱਲ ਕਰਨ ਵਾਲੇ ਇੱਕ ਬਜ਼ੁਰਗ ਸ਼ਖਸ ਨਾਲ ਤੇ ਜਾਣਨ ਵਾਲੇ ਹਾਂ ਉਹਨਾਂ ਦੇ ਵਿਚਾਰ ਕਿ ਉਹਨਾਂ ਦੇ ਕੀ ਵਿਚਾਰ। ਨਮਸਕਾਰ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਅਮਰਨਾਥ ਹੈ ਭਾਈ। ਅਮਰਨਾਥ ਜੀ, ਡੇਰਾ ਸੱਚਾ ਸੌਦਾ ਨਾਮ ਕੀ ਇੱਕ ਸੰਸਥਾ ਹੈ ਹਰਿਆਣਾ ਮੇਂ, ਉਸਕੇ ਬਾਰੇ ਮੇਂ ਕਿਆ ਜਾਣਤੇ ਹੈਂ? ਕਿਆ ਆਪ ਕਭੀ ਗਏ ਹੈਂ ਡੇਰਾ ਸੱਚਾ ਸੌਦਾ ਮੇਂ? ਜੀ, ਹਮੇਸ਼ਾ ਇੱਥੇ ਰਹਿੰਦੇ ਹਾਂ, ਬਹੁਤ ਬਹੁਤ ਚਿਰ, 6-6 ਮਹੀਨੇ, ਕਈ ਵਾਰ ਤਾਂ ਸਾਲ ਵੀ ਨਹੀਂ ਜਾਂਦੇ। ਆਪਕਾ ਕਹਿਣਾ ਹੈ ਕਿ ਆਪ 6 ਮਹੀਨੇ ਸਾਲ ਡੇਰਾ ਸੱਚਾ ਸੌਦਾ ਮੇਂ ਹੀ ਰਹਤੇ ਹੈਂ, ਕਿਆ ਕਾਰਨ ਹੈ, ਯਹਾਂ ਕਿਉਂ ਰਹਤੇ ਹੈਂ ਆਪ ਲੋਗ, ਐਸਾ ਕਿਆ ਮਿਲਤਾ ਹੈ ਆਪ? ਜਦ ਸਤਿਗੁਰ ਕੋਲੋਂ ਜੋ ਸੁੱਖ ਸਾਨੂੰ ਮਿਲਿਆ ਹੈ ਉਹ ਕੋਈ ਬਿਆਨ ਹੀ ਨਹੀਂ ਕਰ ਸਕਦੇ। ਇੱਥੇ ਤੱਕ ਪਹੁੰਚ ਗਏ ਵੀ ਹਰ ਚੀਜ਼ ਦੀ ਸਾਨੂੰ ਸਹੂਲਤ ਮਾਲਕ ਨੇ ਦਿੱਤੀ ਹੈ। ਉਹ ਕਿਹੜਾ ਚੀਜ਼ ਹੈ ਜੀ ਸਾਨੂੰ ਨਹੀਂ ਮਿਲੀ ਹੋਈ? ਇਸ ਕਦਰ ਤੋਂ ਹਰ ਚੀਜ਼ ਸਾਨੂੰ ਮਿਲਦੀ ਹੈ। ਆਪਣੇ ਕਿਹਾ ਕਿ ਆਪਕੋ ਬਹੁਤ ਖੁਸ਼ੀ ਮਿਲਤੀ ਹੈ ਇਸ ਦਰ ਸੇ, ਇਸੀ ਲਈ ਆਪ ਲੋਗ ਕਾਫੀ ਕਾਫੀ ਸਮੇਂ ਤੱਕ ਯਹਾਂ ਡੇਰਾ ਸੱਚਾ ਸੌਦਾ ਮੇਂ ਰੁਕਤੇ ਹੈਂ। ਆਪ ਹਮੇਂ ਬਤਾਈਏ ਕਿ ਇਤਨਾ ਲੰਬੇ ਸਮੇਂ ਸੇ ਆਪ ਯਹਾਂ ਆ ਰਹੇ ਹੈਂ, ਡੇਰੇ ਮੇਂ ਰਹਤੇ ਵੀ ਹੈਂ, ਤੋ ਕਿਆ ਦੇਖਤੇ ਹੈਂ ਯਹਾਂ ਪਰ, ਕਿਤਨੀ ਇੱਕ ਸੁਰਕਸ਼ਾ ਹੈ ਯਹਾਂ ਮਹਿਲਾਓਂ ਕੀ, ਕਿਤਨਾ ਆਪ ਖੁਦ ਕੋ ਸੁਰਕਸ਼ਿਤ ਮਹਿਸੂਸ ਕਰਤੇ ਹੈਂ? ਹਮਾਰਾ ਬੇਟਾ ਬਲਾਕ ਭੰਗੀ ਦਾਸ ਹੈ, ਬੱਚੇ ਸਾਰੇ ਇੱਧਰ, ਪੋਤੇ ਪੋਤੀਆਂ ਸਭ ਇਸ ਦਰ ਤੇ ਜੁੜੇ ਹੋਏ ਨੇ। ਕੋਈ ਐਸਾ ਪਰਿਵਾਰ ਦਾ ਮੈਂਬਰ ਨਹੀਂ ਹੈ, 12-14 ਜੀ ਨੇ, ਹਰ ਇੱਕ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਇੱਥੇ ਆਉਂਦੇ ਨੇ। ਸਾਡੇ ਹੁਣ ਬੇਟੀ ਹੈ, ਸਾਡੀ ਪੋਤੀ, ਉਹ ਵੀ ਪੜ੍ਹਦੇ ਸਕੂਲ 'ਚ ਆਪਣੇ ਦੇ ਇੱਥੇ। ਆਪ ਕਹਿ ਰਹੇ ਕਿ ਆਪਕੀ ਪੋਤੀ ਯਹੀਂ ਪੜ੍ਹਤੀ ਹੈ ਯਹਾਂ ਕੇ ਸਕੂਲ ਮੇਂ, ਕੈਸੀ ਇੱਕ ਸ਼ਿਕਸ਼ਾ ਦੀ ਜਾਤੀ ਹੈ ਯਹਾਂ ਸਕੂਲੋਂ ਮੇਂ, ਕਿਤਨੀ ਇੱਕ ਸੁਰੱਕਸ਼ਾ? ਸੁਰੱਕਸ਼ਾ ਕਿਤੇ ਹੋਰ ਹੋ ਹੀ ਨਹੀਂ ਸਕਦੀ ਇੰਨੀ, ਜਿੱਥੇ ਇੰਨਾ ਸਾਨੂੰ ਕੋਈ, ਜਦ ਸਾਡੇ ਬੱਚੇ ਇੱਥੇ ਪੜ੍ਹੇ, ਉਹਨੂੰ ਕੋਈ ਫਿਕਰ ਨਹੀਂ, ਕੋਈ ਸੋਚ ਨਹੀਂ ਵੀ ਸਾਡੀ ਬੱਚੀ ਨੂੰ ਕੀ, ਹਰ ਪਾਸੇ ਸਹੂਲਤ ਹੈ, ਹਰ ਪਾਸੇ ਆਰਾਮ ਹੈ, ਹਰ ਪਾਸੇ ਬੇਫਿਕਰੀ ਹੈ। ਜੇ ਤੁਸੀਂ ਹੋਰ ਜਾਈਏ ਸਾਨੂੰ ਬਹੁਤ ਦੁੱਖ ਹੋਵੇ, ਬਹੁਤ ਤਕਲੀਫ, ਇੱਥੇ ਉਹ ਨਾ ਹੋ ਜਾਵੇ, ਉੱਥੇ ਉਹ ਨਾ ਹੋ ਜਾਵੇ, ਉਹ ਚੀਜ਼ ਦਾ ਸਾਨੂੰ ਕੋਈ ਸੋਚ ਨਹੀਂ। ਇੱਥੇ ਹਰ ਪਾਸੇ ਜਿੰਨੀਆਂ ਧੀਆਂ ਭੈਣ ਅਸੀਂ ਦੇਖਦੇ ਹਾਂ ਹਰ ਰੋਜ਼, ਕਿੰਨਾ ਆਰਾਮ ਹੈ। ਦੂਜੇ ਨੂੰ ਦੂਜੇ ਭੈਣਾਂ ਦੇ ਅੰਦਰ ਜਾਂਦੀਆਂ ਨੇ, ਕੋਈ ਬਾਈ ਨਹੀਂ ਜਾਂਦਾ, ਕੋਈ ਭਾਈ ਉਹਨਾਂ ਰੱਖ, ਅਸੀਂ ਖੁਦ ਘਰ ਬੈਠਦੇ ਬੈਠਦੇ ਕੋਈ ਬੰਦਾ ਅੰਦਰ ਨਹੀਂ ਜਾ ਸਕਦਾ, ਅਸੀਂ ਹਰ ਵਕਤ ਇੱਥੇ ਬੈਠੇ। ਆਪਨੇ ਕਿਹਾ ਕਿ ਆਪ ਇਹ ਸੁਰੱਖਿਆ ਨਿਗਰਾਨੀ ਕਰਤੇ ਹੈ ਕਿ ਬਹਿਨੋਂ ਕੀ ਤਰਫ ਕੋਈ ਬਾਈ ਨਾ ਜਾ ਸਕੇ, ਇਤਨੀ ਯਹਾਂ ਕੀ ਸੁਰੱਖਿਆ ਹੈ, ਲੇਕਿਨ ਯਹਾਂ ਫਿਰ ਮੀਡੀਆ ਮੇਂ ਐਸਾ ਕਿਉਂ ਫੈਲਾਇਆ ਗਿਆ ਕਿ ਯਹਾਂ ਲੋਕ ਸੁਰੱਖਿਅਤ ਨਹੀਂ ਹੈ ਯਾ ਮਹਿਲਾਏ ਸੁਰੱਖਿਅਤ ਹੈ, ਮੀਡੀਆ ਨੇ ਐਸਾ ਕਿਉਂ ਕਹਾ? ਉਹਨਾਂ ਨੇ ਕਿਹਾ ਵੀ ਉਹਨਾਂ ਤੋਂ ਜੜੀ ਨਹੀਂ ਜਾਂਦੀ ਬਾਸ, ਕਿ ਚੰਗਿਆਈ ਹਮੇਸ਼ਾ ਬੁਰਾਈ ਨੂੰ ਜੜੀ ਨਹੀਂ ਜਾਂਦੀ। ਹਰ ਕੋਈ ਸਾਡਾ ਦੁਸ਼ਮਣ, ਇਸੇ ਕਰਕੇ ਨਾ ਅਸੀਂ ਜੋ ਸਾਡੇ ਸਤਿਗੁਰ ਚੰਗਿਆਈ ਵਾਸਤੇ ਕਹਿੰਦੇ ਨੇ, ਸ਼ਰਾਬ ਨੂੰ ਹਟਾਉਂਦੇ ਨੇ, ਪੀਣ ਨੂੰ ਹਟਾਉਂਦੇ ਨੇ, ਅਤੇ ਬੁਰੇ ਕਰਮਾਂ ਤੋਂ ਰੋਕਦੇ ਨੇ, ਉਹਨੇ ਬੁਰੇ ਕਰਮ ਕਰਨ ਵਾਲੇ ਨੇ, ਖੋਟੇ ਕਰਮ ਕਰਨ ਵਾਲੇ ਨੇ, ਉਹਨੂੰ ਕਿਵੇਂ ਚੰਗਾ ਲੱਗਿਆ? ਉਹ ਸੁਣ ਵਾਰ ਵਾਰ ਸਾਨੂੰ ਕਹਿੰਦੇ, ਇਕੱਠੇ ਹੋ ਕੇ ਅਹਿਸਾਸ ਰੱਖੀ ਹੈ, ਇਹ ਬਣਾਈ ਹੈ ਗੱਲ ਵੀ, ਤਾਂ ਕਿ ਅਸੀਂ ਕਿਵੇਂ ਨਾ ਕਿਵੇਂ ਅੰਦਰ ਕਰੀਏ। ਸਤਿਗੁਰ ਨੂੰ ਜੋ ਦੂਸ਼ਣ ਲਾ ਰਹੇ ਨੇ ਉਹ ਤਾਂ ਅਸੀਂ ਸੁਪਨੇ 'ਚ ਵੀ ਨਹੀਂ ਹੋ ਸਕਦੇ, ਜਦੋਂ ਸਾਨੂੰ ਹਟਾ ਸਕਦੇ ਨੇ ਉਹ ਇਹ ਕੰਮ ਕਰ ਸਕਦੇ ਨੇ। ਕਾਫੀ ਅੱਛਾ ਇਹਨਾਂ ਨੇ ਸਵਾਲ ਵੀ ਯਹਾਂ ਸਾਹਮਣੇ ਰੱਖਾ ਹੈ ਕਿ ਜੋ ਇਨਸਾਨ ਹਮੇਂ ਬੁਰੇ ਕਰਮੋਂ ਸੇ ਹਟਾ ਰਹਾ ਹੈ, ਵੋ ਖੁਦ ਕੈਸੇ ਕੁਛ ਗਲਤ ਕਰ ਸਕਤਾ ਹੈ, ਇਤਨਾ ਇਨਕਾ ਦ੍ਰਿੜ ਵਿਸ਼ਵਾਸ ਆਜ ਵੀ ਡੇਰਾ ਸੱਚਾ ਸੌਦਾ ਪਰ ਹੈ, ਔਰ ਇਨਕਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਪਰ ਇਨਕਾ ਵਿਸ਼ਵਾਸ ਐਸਾ ਹੀ ਬਣਿਆ ਰਹੇਗਾ। ਤੋ ਯੇ ਥੇ ਹਮਾਰੇ ਸਾਥ ਅਮਰਨਾਥ ਜੀ, ਜਿਨ੍ਹਾਂ ਨੇ ਹਮਾਰੇ ਸਾਥ ਸ਼ੇਅਰ ਕੀ ਆਪਣੇ ਦਿਲ ਕੀ ਬਾਤ। ਤੋ ਦੋਸਤੋ, ਅਗਰ ਆਪਕੋ ਵੀ ਇਹ ਵੀਡੀਓ ਅੱਛੀ ਲੱਗੀ ਹੋ ਯਾ ਆਪਕੇ ਮਨ ਮੇਂ ਜੋ ਵੀ ਵਿਚਾਰ ਹੋ, ਜੋ ਵੀ ਸਵਾਲ ਹੋ, ਹਮਾਰੇ ਕਮੈਂਟ ਬਾਕਸ ਮੇਂ ਕਮੈਂਟ ਕਰਕੇ ਜ਼ਰੂਰ ਹਮੇਂ ਬਤਾਈਏਗਾ। ਹਮਾਰੇ ਚੈਨਲ ਕੋ ਲਾਈਕ ਸਬਸਕ੍ਰਾਈਬ ਜ਼ਰੂਰ ਕੀਜੀਏਗਾ। ਹਮਾਰੇ ਚੈਨਲ ਕੇ ਸਾਥ ਜੁੜਨੇ ਕੇ ਲੀਏ ਬਹੁਤ ਬਹੁਤ ਸ਼ੁਕਰੀਆ।